ਸਾਬਕਾ ਸਰਪੰਚ ਕੁਲਦੀਪ ਸਿੰਘ ਪਠਾਣੀਆਂ ਪਿੰਡ ਗੋਦਖੁਰਦ ਬਲਾਕ ਕਨਵਨ ਸੀਲਵਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਜੀ। ਔਰ ਮੈਂ 93 ਤੋਂ ਲੈ ਕੇ 2008 ਤੱਕ ਲਗਾਤਾਰ ਸਰਪੰਚ ਰਿਹਾ ਹਾਂ। 8 ਤੋਂ ਬਾਅਦ ਇੱਕ ਰਿਜ਼ਰਵ ਸੀਟ ਆਈ ਹੈ। 8 ਤੋਂ ਲੈ ਕੇ 13 ਤੱਕ ਸਾਡੇ ਪਿੰਡ ਇੱਕ ਲੇਡੀ ਹਰੀਜਨ ਜਨਾਨੀ ਸਰਪੰਚ ਰਹੀ ਹੈ। ਔਰ 13 ਤੋਂ ਬਾਅਦ ਫਿਰ 18 ਤੱਕ ਮੈਂ ਸਰਪੰਚ ਬਣਿਆ ਜੀ, ਇਲੈਕਟਿਡ ਸਰਪੰਚ। ਔਰ ਇਸ ਦੌਰਾਨ ਜੋ ਸਰਕਾਰ ਨੇ, ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਜੀ, ਸ਼ੁਰੂ ਤੋਂ ਲੈ ਕੇ ਵੱਡੇ ਪ੍ਰਤਾਪ ਸਿੰਘ ਬਾਜਵਾ ਨਾਲ ਜੁੜੇ ਹੋਏ ਹਾਂ। ਔਰ ਵਿੱਚ ਇੱਕ ਟਰਮ ਆਈ ਸੀ ਕਿ ਮੈਨੂੰ ਮਜਬੂਰਨ ਅਕਾਲੀ ਹੋਣਾ ਪਿਆ ਸੀ, ਔਰ ਉਹਦੇ ਬਾਵਜੂਦ ਜੋ ਗ੍ਰਾਂਟ ਮਿਲੀ ਆ ਪਿੰਡ ਵਿੱਚ, ਅਸੀਂ ਬੜੇ ਸੱਚੇ ਢੰਗ ਨਾਲ ਲਾਈਆਂ ਗਲੀਆਂ ਨਾਲੀਆਂ, ਆਪਣੇ ਜਿਮ ਦਾ ਕਮਰਾ ਹੋਰ ਜੰਝ ਘਰ, ਜਿਵੇਂ ਈਸਾਈਆਂ ਦੀਆਂ ਮੜੀਆਂ ਵਿੱਚ ਕਮਰਾ, ਨਲਕਾ, ਜੋ ਵੀ ਮਤਲਬ ਸਰਕਾਰ ਨੇ ਪੈਸੇ ਦਿੱਤੇ ਅੱਛੇ ਢੰਗ ਨਾਲ ਲਾਏ ਨੇ। ਜੋ ਹੁਣ ਸਰਕਾਰ ਨੇ 550 ਬੂਟੇ ਜਿਹੜੇ ਹਰ ਪਿੰਡ ਵਿੱਚ ਪੌਦੇ ਲਗਾਉਣ ਵਾਸਤੇ ਉਪਰਾਲਾ ਕੀਤਾ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਨੂੰ ਅਸੀਂ ਇੰਨਾ ਜ਼ਿਆਦਾ ਮਹੱਤਵ ਦਿੰਦੇ ਹਾਂ ਕਿ ਹਰ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ। ਜੇਕਰ ਸਰਕਾਰ ਨੇ ਖਰਚਾ ਕਰਕੇ ਆਪਣੇ ਕੋਲੋਂ ਫਰੀ ਪੌਦੇ ਦਿੱਤੇ ਨੇ ਪਿੰਡਾਂ ਨੂੰ, ਅਤੇ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਨੇ, ਜੇ ਉਹ ਜੋ ਇਸ ਵੇਲੇ ਮੌਜੂਦਾ ਸਰਪੰਚ ਨੇ ਜਾਂ ਮੈਂਬਰ ਨੇ, ਸਾਡਾ ਸਾਰਿਆਂ ਦਾ ਹੀ ਅਖਲਾਕੀ ਹੱਕ ਬਣਦਾ, ਫਰਜ਼ ਬਣਦਾ, ਅਸੀਂ ਉਹਨਾਂ ਬੂਟਿਆਂ ਨੂੰ ਅੱਛੇ ਤਰੀਕੇ ਨਾਲ ਪਰਵਰਿਸ਼ ਕਰੀਏ ਤਾਂ ਕਿ ਬੂਟੇ ਪਲ ਸਕਣ, ਜਿਸ ਨਾਲ ਵਾਤਾਵਰਨ ਵਿੱਚ ਸ਼ੁੱਧਤਾ ਆਉਂਦੀ ਹੈ ਔਰ ਵਾਤਾਵਰਨ ਵਿੱਚ ਖੁਸ਼ਹਾਲੀ ਵੀ ਆਉਂਦੀ ਹੈ